ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁੱਖ ਸੱਚਾ ਨਾਂ। ਸੋ ਅੰਮ੍ਰਿਤ ਵੇਲੇ ਉੱਠ ਕੇ ਭਾਈ ਸਾਹਿਬ ਗੁਰਦਾਸ ਜੀ ਦੇ ਕਥਨ ਅਨੁਸਾਰ ਕੁਰਬਾਣੀ ਤਿੰਨਾਂ ਗੁਰ ਸਿੱਖਾਂ ਪਿੱਛਲ ਰਾਤੀ ਉੱਠ ਬੰਦੇ ਕੁਰਬਾਣੀ ਪਿਛਲ ਰਾਤੀ ਉੱਠ ਬਹੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ ਉੱਥੇ ਕੀ ਕਰਦੇ ਨੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿੱਤ ਗਾਏ ਸੁਣਦੇ ਨਿੱਤ ਗਾਉਂਦੇ ਨੇ ਨਿੱਤ ਸੁਣਦੇ ਹਨ ਉਹਦਾ ਕੀ ਫਲ ਹੈ ਜੀ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਕੋਈ ਸੰਸੇ ਵਾਲੀ ਗੱਲ ਨਹੀਂ ਚਿੱਤ ਲਾ ਕੇ ਪਰ ਗੱਲ ਚਿੱਤ ਲਾਉਣ ਦੀ ਹੈ ਨਾ ਚਿੱਤ ਲੱਗਦਾ ਨਹੀਂ ਹਰ ਇੱਕ ਦਾ ਇਹ ਸਵਾਲ ਹੈ ਜੀ ਬਾਣੀ 'ਚ ਨਹੀਂ ਚਿੱਤ ਲੱਗਦਾ ਜੀ ਨਾਮ 'ਚ ਨਹੀਂ ਚਿੱਤ ਲੱਗਦਾ ਜੀ ਸੇਵਾ 'ਚ ਨਹੀਂ ਚਿੱਤ ਲੱਗਦਾ ਕਿਉਂ ਨਹੀਂ ਲੱਗਦਾ ਚਿੱਤ ਕਿਤੇ ਹੋਰ ਲੱਗਿਆ ਬੜੇ ਮਹਾਰਾਜ ਜੀ ਜਦੋਂ ਗ੍ਰੰਥ ਸੁਣਦੇ ਹੁੰਦੇ ਅਤੇ ਉਦੋਂ ਨਿਤਨੇਮ ਵੀ ਸਿੰਘਾਂ ਤੋਂ ਬੜਾ ਕਰਾਉਂਦੇ ਸਨ ਅਤੇ ਅਸੀਂ ਨਾਲੇ ਤਾਂ ਗ੍ਰੰਥ ਸੁਣੀ ਜਾਣਾ ਨਾਲੇ ਮੂਲ ਮੰਤਰ ਦੀ ਮਾਲਾ ਫੇਰੀ ਜਾਣੀ ਇੱਕ ਦਿਨ ਮਨ ਵਿੱਚ ਖਿਆਲ ਆਇਆ ਵੀ ਮਹਾਰਾਜ ਤੋਂ ਇੱਕ ਵੇਰ ਵਚਨ ਪੁੱਛ ਹੀ ਲਈਏ ਮਹਾਰਾਜ ਜੀ ਜਦੋਂ ਗ੍ਰੰਥ ਸੁਣਦੇ ਹਾਂ ਕਿ ਉਦੋਂ ਵੀ ਸਿਮਰਨ ਹੋ ਸਕਦਾ ਕਦੇ ਇੱਕੋ ਹੀ ਗੱਲ ਹੋਵੇਗੀ ਜਾਂ ਭਾਈ ਜਿਹੜੀ ਗ੍ਰੰਥ ਦੀ ਵਿਚਾਰ ਆ ਉਹ ਸੁਣੀ ਜਾਵੇਗੀ ਜਾਂ ਫਿਰ ਸਿਮਰਨ ਜਾਂ
ਜਾਪ ਜੋ ਵੀ ਕਰਦੇ ਹੋ ਇੱਕੋ ਹੀ ਕੰਮ, ਕਿਉਂਕਿ ਮਨ ਇੱਕੋ ਹੀ ਹੈ, ਇਹ ਇੱਕ ਸਮੇਂ 'ਚ ਇੱਕੋ ਹੀ ਚੀਜ਼ ਕਰ ਸਕਦਾ, ਚਾਹੇ ਚਿੰਤਨ ਕਰ ਲਓ, ਚਾਹੇ ਇਹਨੂੰ ਗ੍ਰੰਥ ਸੁਣਨ ਲਾ ਲਓ, ਚਾਹੇ ਬਾਣੀ ਪੜ੍ਹ ਲਓ, ਪਰ ਇੱਕੋ ਹੀ ਕੰਮ ਕਰੇਗਾ। ਹੁਣ ਚਿੰਤਨ ਕਰਦਾ ਇਹ ਬਾਣੀ ਦਾ ਨਹੀਂ ਕਰਦਾ, ਚਿੰਤਨ ਕਰਦਾ ਹੈ ਪਦਾਰਥਾਂ ਦਾ, ਦੁਨੀਆਂ ਦੇ ਵਿੱਚ ਖਚਤ ਹੈ, ਪੁੱਤਰਾਂ ਧੀਆਂ ਦੇ ਵਿੱਚ ਮਨ ਲੱਗਿਆ ਹੈ, ਅਤੇ ਮਨ ਕਿੱਥੇ ਲੱਗਦਾ ਹੈ ਜਿਹਦੇ ਨਾਲ ਪਿਆਰ ਹੋਵੇ, ਮਨ ਕਿੱਥੇ ਲੱਗਦਾ ਹੈ ਜਿਹਨੂੰ ਇਹ ਆਪਣਾ ਸਮਝੇ, ਇਹਨੇ ਦੁਨੀਆਂ ਨੂੰ ਆਪਣਾ ਸਮਝਿਆ ਪਰ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਰਾਮ ਨੂੰ ਇਹਨੇ ਆਪਣਾ ਨਹੀਂ ਸਮਝਿਆ। ਤਦੇ ਮਨ ਕਰ ਕਬੂ ਨਾ ਹਰ ਗੁਣ ਗਾਇਓ, ਮਨ ਕਰਕੇ ਕਦੇ ਪਰਮੇਸ਼ੁਰ ਦੇ ਗੁਣ ਗਾ ਹੀ ਨਹੀਂ ਹੁੰਦੇ, ਕਿਉਂਕਿ ਮਨ ਤਾਂ ਹੈ ਹੀ ਨਹੀਂ ਇੱਥੇ, ਹੁਣ ਮਨ ਇੱਥੇ ਥੋੜ੍ਹੀ ਹੈ। ਹਾਂ ਭਾਗਾਂ ਵਾਲੇ ਨੇ ਜਿਹੜੇ ਸਾਧਨਾ ਕਰਦੇ ਨੇ ਇੱਥੇ, ਇਹ ਮਹਾਰਾਜ ਦੀ ਸੰਗਤ ਕਰ ਕਰਕੇ ਮਨ ਦੇ ਵਿੱਚ ਹੌਲੀ ਹੌਲੀ ਇਹ ਜ਼ਿਹਨ ਵਿੱਚ ਗੱਲ ਬੈਠ ਗਈ ਵੀ ਜਦੋਂ ਸੰਗਤ ਕਰਨੀ ਹੈ ਉਦੋਂ ਇਹਨੂੰ ਕਿਤੇ ਨਹੀਂ ਜਾਣ ਦੇਣਾ, ਇਹ ਭੱਜਦਾ ਬੜਾ ਹੈ। ਗੁਰ ਦਿਖਲਾਈ ਮੋਹਰੀ ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ ਬਾਜੀ ਲੈ ਅਨਹਦ ਬਾਜੇ, ਬੜੀਆਂ ਛਾਲਾਂ ਨੇ ਕਬੂ ਜੀੜਾ ਉਹ ਚੜ੍ਹਤ ਹੈ ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ, ਪਤਾ ਹੀ ਨਹੀਂ ਲੱਗਦਾ ਕਿੱਥੇ ਦੀ ਕਿੱਥੇ ਚੱਲਿਆ ਜਾਂਦਾ, ਉਹ ਹੀ ਪਤਾ ਲੱਗਦਾ, ਲਓ ਜੀ ਧੰਨ ਧੰਨ ਵੀ ਪੜ੍ਹੀ ਗਈ, ਗੁਰੂ ਸਤੋਤਰ ਵੀ ਪੜ੍ਹਤਾ, ਅਰਦਾਸ ਵਿੱਚ ਵੀ ਜੁੜ ਗਏ, ਅਰਦਾਸ ਤੋਂ ਬਾਅਦ ਉਦੋਂ ਹੀ ਪਤਾ ਲੱਗਿਆ ਜਦੋਂ ਜਕਾਰਾ ਛੱਡ ਦਿੱਤਾ, ਇਵੇਂ ਹੁੰਦੀ ਹੈ ਨਾ, ਕਿਉਂਕਿ ਮਨ ਕੀ ਪੱਤਰੀ ਵਾਚਣੀ, ਇਹਨੂੰ ਵਾਚਿਆ ਕਰੋ, ਇਹ ਜਾਂਦਾ ਕਿੱਥੇ ਹੈ, ਕਿਉਂ ਜਾਂਦਾ ਹੈ, ਇਹਨੂੰ ਰੋਕਣ ਦੀ ਕੋਸ਼ਿਸ਼ ਹਰ ਵੇਲੇ, ਜਿਹੜਾ ਹੈ ਨਾ ਬਚਨ, ਖਾਲਸਾ ਸੋ ਜੋ ਕਰੇ ਨਿਤ ਜੰਗ, ਨਿਤ ਜੰਗ ਇਹਦਾ ਮਤਲਬ ਕਿਰਪਾਨ ਲੈ ਕੇ, ਕੋਈ ਇਹ ਨਹੀਂ ਵੀ ਵੜਦੇ ਹੀ ਫਿਰੋ ਲੋਕਾਂ ਨੂੰ, ਐਵੇਂ ਕਿਸੇ ਨਾਲ ਝਗੜਾ ਕਰਦੇ ਫਿਰੋ, ਨਹੀਂ, ਨਿਤ ਜੰਗ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ, ਨਿਤ ਜੰਗ ਹੈ ਇਹਦਾ ਅੰਦਰ ਜਿਹੜਾ ਮਨ ਬੈਠਾ, ਇਹਦਾ ਵੈਰੀ ਬੜਾ ਭਾਰੀ ਦੁਸ਼ਮਣ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ, ਬੜਾ ਭਾਰੀ ਸ਼ਤਰੂ ਬੈਠਾ ਅੰਦਰ, ਅਤੇ ਉਹਦੇ ਨਾਲ ਹਰ ਰੋਜ਼ ਇਹਨੂੰ ਝਗੜਾ ਕਰਨਾ ਪੈਣਾ। ਝਗੜਾ ਕਿਵੇਂ, ਹੁਣ ਅੰਮ੍ਰਿਤ ਵੇਲੇ ਇਹਨੇ ਅਲਾਰਮ ਲਾ ਲਿਆ 3 ਵਜੇ ਦਾ, ਅਤੇ 3 ਵਜੇ ਅਲਾਰਮ ਵੀ ਸੁਣ ਗਿਆ, ਅਤੇ ਮਨ ਕਹਿੰਦਾ ਹੈ ਲਓ ਜੀ ਅਜੇ ਠੰਡ ਹੈ, ਕਿੱਥੇ ਨਾ ਆਏਗਾ ਤੂੰ, ਛੱਡ ਪਰੇ, ਪਰ ਉਦੋਂ ਉਹਦੇ ਨਾਲ ਝਗੜਾ ਕਰਨਾ ਪੈਣਾ, ਮਨਾ ਇਹ ਗੱਲ ਨਹੀਂ ਸੁਣਨੀ ਤੇਰੀ, ਬਥੇਰਿਆ ਸੌਂ ਲਿਆ 6 ਘੰਟੇ 7 ਘੰਟੇ ਬਥੇਰੀ ਨੀਂਦ ਲਾ ਲਈ। ਜਿਵੇਂ ਮਹਾਰਾਜ ਜਸਦਾਰ ਮਹਾਰਾਜ ਇੱਕ ਸਾਖੀ ਸੁਣਾਇਆ ਕਰਦੇ, ਇੱਕ ਮਹਾਂਪੁਰਸ਼ ਅੰਮ੍ਰਿਤ ਵੇਲੇ ਹਰ ਰੋਜ਼ ਗੁਰਚਰਨਾਂ ਨਾਲ ਜੁੜ ਕੇ ਬੈਠਦੇ ਹਨ, ਚਾਹੇ ਕਿਸੇ ਵੀ ਮਤ ਦਾ ਹੋਵੇ, ਸਾਰੇ ਅੰਮ੍ਰਿਤ ਵੇਲੇ ਸੰਭਾਲਦੇ ਨੇ, ਅੰਮ੍ਰਿਤ ਵੇਲੇ ਨੂੰ ਸਭ ਵਾਸਤੇ ਹੀ ਹੈ, ਤਾਕੀਦ ਹੈ ਭਾਈ ਅੰਮ੍ਰਿਤ ਵੇਲੇ ਹੀ ਅੰਮ੍ਰਿਤ ਰਸ ਲਿਆ ਜਾ ਸਕਦਾ ਹੈ, ਅੰਮ੍ਰਿਤ ਬਾਣੀ ਦਾ ਅੰਮ੍ਰਿਤ ਰਸ ਹਰ ਕੀਰਤਨੋਂ ਕੋ ਵਿਰਲਾ ਪੀਵੈ। ਸੋ ਹਰ ਰੋਜ਼ ਇਸ ਤਰ੍ਹਾਂ ਬੈਠਦੇ ਨੇ, ਅੱਜ ਕਿਤੇ ਅੰਮ੍ਰਿਤ ਵੇਲੇ ਮੀਂਹ ਪੈ ਰਿਹਾ, ਠੱਕਾ ਚੱਲ ਰਿਹਾ, ਮਨ ਜਦੋਂ ਉੱਠਣ ਦਾ ਖਿਆਲ ਹੋਇਆ ਨਾ, ਮਨ ਕਹਿੰਦਾ ਸੰਤ ਜੀ ਅਜੇ ਪਿਆਰ ਹੈ, ਇੰਨੇ ਮੀਂਹ ਵਿੱਚ ਕਿਵੇਂ ਠੰਡ ਵਿੱਚ ਜਾਏਗਾ ਤੂੰ, ਰਜਾਈ ਦਾ ਨਿੱਘ ਬੜਾ ਹੈ। ਬਾ ਉਹ ਤਾਂ ਫਿਰ ਹੁੰਦਾ ਹੀ ਹੈ ਵੀ ਮਿੰਟ ਦੋ, ਜਦੋਂ ਉਹ 2 ਘੰਟੇ ਵਾਂਗੂ ਲੰਘ ਜਾਂਦੇ ਨੇ, 2 ਮਿੰਟ ਤੁਸੀਂ ਆਲਸ ਕਰ ਲਓ ਨਾ, ਅਸੀਂ ਪਤਾ ਲੱਗੂ 3:05 ਵਜੇ, ਇਹ ਰੋਜ਼ ਹੀ ਹੁੰਦੀ ਹੈ ਆਪਣੇ ਨਾਲ, ਰੋਜ਼ਮਰਾ ਦੀ ਜ਼ਿੰਦਗੀ ਦੀਆਂ ਗੱਲਾਂ ਹਨ, ਸਭ ਨਾਲ ਹੀ ਹੁੰਦੀ ਹੈ ਇਹ। ਅਤੇ ਹੁਣ ਮੁੱਕ ਦੀ ਗੱਲ, ਦਿਨ ਚੜ੍ਹ ਗਿਆ, ਬੜਾ ਦੁੱਖ ਮੰਨਿਆ, ਜਿਵੇਂ ਫਰੀਦ ਸਾਹਿਬ ਜੀ ਜਦੋਂ ਆਪਣੇ ਆਸਣ 'ਤੇ ਬੈਠੇ ਨੇ ਆਪਣੇ ਆਸ਼ਰਮ ਵਿੱਚ, ਸੇਵਕ ਆਏ ਨੇ, ਮਹਾਰਾਜ ਜੀ ਅੱਜ ਉਦਾਸ ਬੜੇ ਹੋ, ਕਾਰਨ? ਫਰੀਦ ਸਾਹਿਬ ਜੀ ਕਹਿੰਦੇ ਵੀ ਕਾਹਦੀ ਗੱਲ ਹੈ, ਅੱਜ ਤਾਂ ਕਿਸੇ ਕਾਰਨ ਅਸੀਂ ਪਰਮੇਸ਼ੁਰ ਨਾਲ ਜੁੜ ਨਹੀਂ ਸਕੇ, ਖੁਦਾ ਨਾਲ, ਇਸ ਕਰਕੇ ਸਾਡੇ ਸਰੀਰ ਦੀ ਆਹ ਹਾਲਤ ਹੋ ਗਈ। ਉੱਥੇ ਫਿਰ ਸਲੋਕ ਉਚਾਰਨ ਕਰਦੇ ਹਨ, ਅੰਗ ਮੁੜੇ ਮੁੜ ਜਾਏ